ਉਧਰ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਅਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਿਛਲੇ 10 ਸਾਲਾਂ ਵਿੱਚ ਹੋਈਆਂ ਗਲਤੀਆਂ ਦੀ ਮੁਆਫੀ ਲਈ ਸ੍ਰੀ ਅਖੰਡ ਪਾਠ ਸਾਹਿਬ ਦਾ ਆਰੰਭ ਕਰਵਾਇਆ ਗਿਆ ਸੀ, ਜਿਸ ਦੇ ਤਹਿਤ ਭੋਗ ਪਾਏ ਗਏ, ਜਿਸ ਤੋਂ ਬਾਅਦ ਸਾਰੇ ਅਕਾਲੀ ਆਗੂ ਮੀਡੀਆ ਤੋਂ ਦੂਰੀ ਬਣਾਉਂਦੇ ਹੋਏ ਨਜ਼ਰ ਆਏ ਤਾਂ ਉੱਥੇ ਆਪਣੀ ਪਾਰਟੀ ਦਾ ਬਚਾਅ ਕਰਨ ਲਈ ਉਤਰੇ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਅੱਜ ਪਵਿੱਤਰ ਦਿਹਾੜਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਗੁਰੂ ਗੱਦੀ ਦਿਵਸ ਹੈ ਅਤੇ ਉਹਨਾਂ ਕਿਹਾ ਕਿ ਅੱਜ ਇਸ ਦਿਨ ਦੀ ਸਿੱਖ ਕੌਮ ਨੂੰ ਮੁਬਾਰਕਬਾਦ ਦਿੰਦੇ ਹਾਂ ਅਤੇ ਕਿਹਾ ਕਿ ਇਹ ਕੋਈ ਦੱਸਣ ਵਾਲੀ ਗੱਲ ਨਹੀਂ ਹੈ ਕਿ ਕਿਹੜੀ ਗਲਤੀ ਕੀਤੀ ਸੀ, ਨਾ ਹੀ ਇਹ ਡੇਰਾ ਮੁਖੀ ਦੀ ਮੁਆਫੀ ਨੂੰ ਲੈ ਕੇ ਕੋਈ ਧਾਰਮਿਕ ਪ੍ਰੋਗਰਾਮ ਕਰਵਾਇਆ ਗਿਆ ਅਤੇ ਉਹਨਾਂ ਕਿਹਾ ਕਿ ਅੱਜ ਅਸੀਂ ਰਾਜਨੀਤੀ ਨੂੰ ਛੱਡ ਧਾਰਮਿਕ ਸਮਾਗਮ ਦੀ ਗੱਲਬਾਤ ਕਰੀਏ ਅਤੇ ਉਹ ਸਮੂਹ ਸਿੱਖ ਸੰਗਤਾਂ ਅਤੇ ਮੀਡੀਆ ਤੋਂ ਮਾਫ਼ੀ ਮੰਗਦੇ ਨੇ ਅਗਰ ਅਣਜਾਣੇ ਵਿੱਚ ਉਹਨਾਂ ਤੋਂ ਕੋਈ ਗਲਤੀ ਹੋ ਗਈ ਹੋਵੇ। ਇਸ ਦੇ ਨਾਲ ਹੀ SGPC ਵਿੱਚੋਂ ਕੱਢੇ ਗਏ ਮੁਲਾਜ਼ਮ ਤੋਂ ਪੁੱਛੇ ਗਏ ਸਵਾਲ 'ਤੇ ਪ੍ਰਕਾਸ਼ ਸਿੰਘ ਬਾਦਲ ਨੇ ਸਪਸ਼ਟੀਕਰਨ ਦਿੰਦੇ ਹੋਏ ਕਿਹਾ ਕਿ ਇਹ ਮਾਮਲਾ SGPC ਦਾ ਹੈ, ਇਸ ਵਿੱਚ ਉਹ ਕੁਝ ਨਹੀਂ ਬੋਲ ਸਕਦੇ। ਆਪਣੇ ਗੁਰੂ ਤੋਂ, ਆਪਣੇ ਮਾਲਕ ਤੋਂ ਜਿਸ ਤਰ੍ਹਾਂ ਭੁੱਲਾ ਬਖਸ਼ਾ ਹੁੰਦਾ ਸਮਾਗਮ, ਜੋ ਵੀ ਉਹਨਾਂ ਦੀ ਜਥੇਬੰਦੀ ਸ਼੍ਰੋਮਣੀ ਅਕਾਲੀ ਤੋਂ ਬਤੌਰ ਸਰਕਾਰ ਜਾਂ ਬਤੌਰ ਪਾਰਟੀ ਜਾਂ ਬਤੌਰ ਸ਼੍ਰੋਮਣੀ ਕਮੇਟੀ, ਕੋਈ ਵੀ ਗਲਤੀ ਜਾਂ ਭੁੱਲ ਹੋਈ ਹੈ, ਗੁਰੂ ਸਾਹਿਬ ਬਖਸ਼ਣਹਾਰ ਹੈ, ਉਹ ਬਖਸ਼ਦੇ। ਦੇਖੋ, ਨਟ ਸ਼ੈਲ 'ਚ ਦੋ ਲਫਜ਼ਾਂ 'ਚ ਇਹੀ ਹੈ ਕਿ ਗੁਰੂ ਦੇ ਦਰ 'ਤੇ ਅਸੀਂ ਉਹਨਾਂ ਤੋਂ ਜੋ ਭੁੱਲਾਂ ਹੈ ਉਹਦੀ ਬਖਸ਼ਿਸ਼ ਕਰਾਉਣ ਵਾਸਤੇ ਹਾਜ਼ਰ ਹੋਏ ਹਾਂ। ਔਰ ਗੁਰੂ ਸਾਹਿਬਾਨ ਹਮੇਸ਼ਾ ਹੀ ਆਪਣੇ ਦਾਸੜਿਆਂ ਨੂੰ ਬਖਸ਼ ਮਾਫ਼ੀ ਦੇ ਦਿੰਦੇ ਆ ਜੇ ਕੋਈ ਗਲਤੀ ਹੋਵੇ।